ਪੰਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਇਕੱਠ ਹੁੰਦੇ ਨੇ ਇੱਕ ਉਹਨਾਂ ਦੇ ਪਿੰਡ ਕੋਟਦੂਨੇ ਇਕੱਠ ਹੁੰਦਾ ਉਸ ਤੋਂ ਬਾਅਦ 1 ਫਰਵਰੀ ਨੂੰ ਜੋ ਸੰਗਰੂਰ ਦੇ ਮੌਜੂਦਾ ਐਮਪੀ ਨੇ ਸਿਵਰਜੀਤ ਸਿੰਘ ਮਾਨ ਦੇ ਵੱਲੋਂ ਧੂਰੀ ਦੇ ਵਿੱਚ ਜੋ ਦੋਲਾ ਫਾਟਕਾ ਉਸ ਦੇ ਉੱਪਰ ਰੇਲਾ ਰੋਕਣ ਦਾ ਇੱਕ ਪ੍ਰੋਗਰਾਮ ਉਲੀਕਿਆ ਜਾਂਦਾ ਪਰ ਪ੍ਰਸ਼ਾਸਨ ਦੇ ਵੱਲੋਂ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਤਾਇਨਾਤ ਕਰਕੇ ਉਹ ਪ੍ਰੋਗਰਾਮ ਹੋਣ ਲਈ ਦਿੱਤਾ ਜਾਂਦਾ ਜੋ ਉੱਥੇ ਉਹਨਾਂ ਦੇ ਸਮਰਥਕ ਪਹੁੰਚਦੇ ਨੇ ਉਹਨਾਂ ਨੂੰ ਪਹਿਲਾਂ ਹੀ ਡਿਟੇਨ ਕਰ ਲਿਆ ਜਾਂਦਾ ਕੁਝ ਪੱਤਰਕਾਰਾਂ ਨੂੰ ਵੀ ਉਸ ਦਿਨ ਰਿਟੇਨ ਕਰ ਲਿਆ ਜਾਂਦਾ ਜੋ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੁਣ ਜੋ ਸੰਗਰੂਰ ਦੇ ਐਮਪੀ ਨੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਜੋ ਕੇਂਦਰ ਸਰਕਾਰ ਆ ਕੇਂਦਰ ਦੇ ਹੋਮ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸ਼ਰਿਆਮ ਜੋ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਕਿ ਮੈਂ ਸ਼ਰਮ ਮਹਿਸੂਸ ਕਰ ਰਿਹਾ ਕਿ ਮੈਂ ਵੀ ਇੱਕ ਸਾਬਕਾ ਪੁਲਿਸ ਦਾ ਅਧਿਕਾਰੀ ਆ ਪਰ ਜੋ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਨਾ ਹੀ ਕੋਈ ਸ਼ਾਂਤਮਈ ਧਰਨਾ ਲਗਾਉਣ ਦਿੱਤਾ ਜਾ ਰਿਹਾ ਜੇਕਰ ਕੋਈ ਧਰਨਾ ਲਗਾਉਂਦਾ ਤਾਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਤਾਂ ਹੁਣ ਜੋ ਭਾਨੇ ਸਿੱਧੂ ਦਾ ਕੇਸ ਆ ਉਸ ਦੀ ਜੋ ਚਿੱਠੀ ਆ ਜੋ ਸੰਗਰੂਰ ਦੇ ਐਪੀ ਸਰਜੀਤ ਸਿੰਘ ਬਾਹਰ ਨੇ ਉਹਨਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਉੱਤਰੀ ਅੰਤਿਸ਼ਾ ਨੂੰ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਹੇ ਕਿ ਇਸ ਸਾਰੇ ਮਾਮਲੇ ਦੀ ਜਾਂ ਜੋ ਪੰਜਾਬ ਦੇ ਵਿੱਚ ਲੋਕਾਂ ਨੂੰ ਡਿਟੇਲ ਕੀਤਾ ਜਾ ਰਿਹਾ ਇਸ ਦੀ ਜੋ ਜਾਂਚ ਆ ਕੇਂਦਰ ਦੀਆਂ ਏਜੰਸੀਆਂ ਕਰ ਰਹੀ ਤਾਂ ਪਹਿਲਾ ਮਾਮਲਾ ਪੰਜਾਬ ਦੀ ਪੁਲਿਸ ਦੇ ਵਿੱਚ ਸੀ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਕਿ ਅਸੀਂ 10 ਤਰੀਕ ਨੂੰ ਸਾਰਾ ਮਾਮਲਾ ਨਿਪਟਾ ਦਾਂਗੇ ਪਾਣੀ ਸਿੱਧੂ ਨੂੰ ਰਿਹਾ ਕਰ ਦਾਂਗੇ ਬਿਨਾਂ ਜਮਾਨਤ ਤੋਂ ਪਾਣੀ ਸਿੱਧੂ ਨੂੰ ਰਿਹਾ ਕਰ ਦਾਂਗੇ ਪਰ ਔਰ ਜੋ ਗੱਲ ਆ ਉਹ ਕੇਦਰ ਸਰਕਾਰ ਤੱਕ ਪਹੁੰਚ ਚੁੱਕੀ ਆ ਸੰਗਰੂਰ ਦੇ ਜੋ ਐਮਪੀ ਨੇ ਸਿਮਰਤਜੀਤ ਸਿੰਘ ਬਾਦ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖ ਕੇ ਇਹ ਗੱਲ ਕਹਿ ਦਿੱਤੀ ਗਈ ਆ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸ਼ਰਿਆਂਵ ਜੋ ਕਾਨੂੰਨ ਦੀਆਂ ਤੱਜੀਆਂ ਹੋਣੀਆਂ ਜਾਰੀਆਂ ਨੇ ਆਮ ਲੋਕਾਂ ਨੂੰ ਕੋਈ ਸ਼ਾਂਤਮਈ ਧਰਨਾ ਪ੍ਰਦਰਸ਼ਨ ਤੱਕ ਨਹੀਂ ਕਰਨ ਦਿੱਤਾ ਜਾਂਦਾ ਲੋਕਾਂ ਨੂੰ ਡਿਟੇਨ ਕਰ ਲਿਆ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਭਾਨੇ ਸਿੱਧੂ ਦਾ ਜੋ ਸਾਰਾ ਮਾਮਲਾ ਇਸ ਦੀ ਜੋ ਜਾਂਚ ਆ ਕੇਦਰ ਦੀਆਂ ਏਜੰਸੀਆਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਇੱਥੇ ਉਹਨਾਂ ਕਿਹਾ ਕਿ ਜੋ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਉਹਨਾਂ ਦੇ ਉੱਪਰ ਪਰਚੇ ਤੱਕ ਪਾਏ ਜਾਂਦੇ ਰਹੇ ਇੱਥੇ ਇਹ ਗੱਲ ਵੀ ਕਹੀ ਕਿ ਜਦੋਂ ਉਹਨਾਂ ਨੂੰ ਇੱਕ ਪਰਚੇ ਦੇ ਵਿੱਚੋਂ ਭਾਨੇ ਸਿੱਧੂ ਨੂੰ ਜ਼ਮਾਨਤ ਮਿਲ ਜਾਂਦੀ ਆ ਤਾਂ ਅਦਾਲਤ ਦੇ ਉਹਨਾਂ ਹੁਕਮਾਂ ਦੀਆਂ ਤੱਜੀਆਂ ਉਡਾ ਕੇ ਉਸ ਨੂੰ ਭਾਂਦੇ ਸਿੱਧੂ ਹਰਾਸਤ ਦੇ ਵਿੱਚ ਰੱਖਿਆ ਜਾਂਦਾ ਤੇ ਅੱਗੇ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਜਾਂਦਾ ਤਾਂ ਹੁਣ ਭਾਂਦੇ ਸਿੱਧੂ ਦੇ ਕੇਸ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਵਰਜ ਸਿੰਘ ਬਾਦਲ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਐਮਪੀ ਦੇ ਸਕਰੂਰ ਦੇ ਉਹਨਾਂ ਦੇ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਰੂ ਇੱਕ ਚਿੱਠੀ ਲਾ ਕੇ ਇਹ ਗੱਲ ਕਹਿ ਦਿੱਤੀ ਗਈ ਆ ਕਿ ਹੁਣ ਜੋ ਸਾਰਾ ਭਾਂਦੇ ਸਿੱਧੂ ਦਾ ਬਾਬਲ ਆ ਪਾਬੇਅ ਉਹ ਇੱਕ ਤਰੀਕ ਦੇ ਧਰਨੇ ਦਾ ਹੋਵੇ ਜਾਂ ਤਿੰਨ ਤਰੀਕ ਦੇ ਧਰਨੇ ਦਾ ਹੋਵੇ ਜੋ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਦੇ ਉੱਪਰ ਪਰਚੇ ਕੀਤੇ ਗਏ ਸਾਰੇ ਮਾਮਲੇ ਦੀ ਜੋ ਜਾਂਚਾ ਹੁਣ ਕੇਂਦਰ ਦੀਆਂ ਏਜੰਸੀਆਂ ਕਰਨ